4 ਕਿੱਲੇ ਸਾਡੀ ਪੈੜੀ ਸਾਰੀ, ਉੱਤੇ ਵੀ ਕਰਜ਼ਾ ਚੜਿਆ ਵਾ ਅਤੇ ਸਾਨੂੰ ਤੰਗ ਕਰਨ ਡਏ ਬੈਂਕ ਵਾਲੇ। ਰੋਜ਼ ਸਾਨੂੰ ਫੜਨ ਆ ਜਾਂਦੇ ਸੀ ਅਤੇ ਲੈ ਗਏ ਫੜ ਕੇ ਮੁੰਡੇ ਨੂੰ, ਅਤੇ ਅਸੀਂ ਦੇ ਨਹੀਂ ਸਕਦੇ, ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ। ਅਸੀਂ ਬਹੁਤ ਦੁਖੀ ਸਾਂ ਕਰਜ਼ੇ ਦੇ ਹੱਥੋਂ, ਕਿਉਂ ਦੇ ਹੀ ਸਕਦੇ ਨਹੀਂ ਹਾਂ। ਇਹਨਾਂ ਸਾਨੂੰ ਆ ਕੇ ਹੌਸਲਾ ਦਿੱਤਾ, ਅਸੀਂ ਇੱਥੋਂ ਤੱਕ ਕੱਪੜੇ ਹਾਂ ਵੀ ਆਤਮ ਹੱਤਿਆ ਕਰ ਲਈਏ ਅਤੇ ਇਹਨਾਂ ਨੂੰ ਜੇਲ੍ਹਾਂ ਵਿੱਚ ਨਾ ਜਾਈਏ। ਇਹਨਾਂ ਦੇ ਪਰਿਵਾਰ ਨੂੰ ਮਰਨ ਲਈ ਨਾ ਮਜਬੂਰ ਕੀਤਾ ਜਾਵੇ। ਅਸੀਂ ਸੰਘਰਸ਼ ਕਮੇਟੀ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਜਦੋਂ ਕਿਤੇ ਲੋੜ ਪੈਂਦੀ ਆ ਸਾਨੂੰ ਬੁਲਾਉਣ, ਅਸੀਂ ਉਹਦੇ ਨਾਲ ਪਰਿਵਾਰਾਂ ਸਮੇਤ ਆਵਾਂਗੇ। ਅਸੀਂ ਇਸ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਕੋਈ ਸੂਸਾਈਡ ਜਾਂ ਖੁਦਕੁਸ਼ੀ ਕਰਨ ਦੀ ਕੋਈ ਜ਼ਰੂਰਤ ਨਹੀਂ ਗੀ, ਕਿਉਂਕਿ ਜਥੇਬੰਦੀ ਜਿਹੜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਆ ਉਹ ਤੁਹਾਡੇ ਨਾਲ ਖੜ੍ਹੀ ਆ। ਸਾਡੇ ਪਿੰਡ ਦੇ ਵਿੱਚ ਅੱਗੇ ਵੀ ਤਰ੍ਹਾਂ ਮਾਰਗੇਜ ਬੈਂਕ ਵਾਲੇ 2-3 ਕੇਸ ਇਸ ਤਰ੍ਹਾਂ ਹੋਏ ਆ ਵੀ ਉਹਨਾਂ ਕਰਜ਼ਿਆਂ ਤੋਂ ਆ ਕੇ ਧਮਕੀਆਂ ਦਿੱਤੀਆਂ ਅਤੇ ਉਹ ਬੰਦੇ ਸੂਸਾਈਡ ਕਰਕੇ ਮਰ ਚੁੱਕੇ ਆ, ਅਤੇ ਇਹਨਾਂ ਦੇ ਪਰਿਵਾਰ ਨੂੰ ਮਰਨ ਲਈ ਨਾ ਮਜਬੂਰ ਕੀਤਾ ਜਾਵੇ। ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਕਮੇਟੀ ਦਾ ਜਿਹੜੇ ਸਾਡਾ ਦੁੱਖ ਵੰਡਾਉਣ ਆਏ ਆ, ਅਤੇ 4 ਕਿੱਲੇ ਸਾਡੀ ਪੈੜੀ ਸਾਰੀ, ਉੱਤੇ ਵੀ ਕਰਜ਼ਾ ਚੜਿਆ ਵਾ ਅਤੇ ਸਾਨੂੰ ਤੰਗ ਕਰਨ ਡਏ ਬੈਂਕ ਵਾਲੇ। ਰੋਜ਼ ਸਾਨੂੰ ਫੜਨ ਆ ਜਾਂਦੇ ਸੀ ਅਤੇ ਲੈ ਗਏ ਫੜ ਕੇ ਮੁੰਡੇ ਨੂੰ, ਅਤੇ ਅਸੀਂ ਦੇ ਨਹੀਂ ਸਕਦੇ, ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ। ਬੰਦੀ ਦਾ ਸਾਰਿਆਂ ਦਾ ਧੰਨਵਾਦ ਕਰਨਾ ਵੀ ਜਿੰਨਾ ਸਾਡਾ ਦੁੱਖ ਸੁਣ ਕੇ ਅਤੇ ਸਾਡੇ ਘਰ ਆਏ ਅਤੇ ਸਾਡਾ ਦੁੱਖ ਸੁਣਿਆ। ਅਸੀਂ ਬਹੁਤ ਦੁਖੀ ਸਾਂ ਕਰਜ਼ੇ ਦੇ ਹੱਥੋਂ, ਕਿਉਂ ਦੇ ਹੀ ਸਕਦੇ ਨਹੀਂ ਹਾਂ। ਇਹਨਾਂ ਸਾਨੂੰ ਆ ਕੇ ਹੌਸਲਾ ਦਿੱਤਾ, ਅਸੀਂ ਇੱਥੋਂ ਤੱਕ ਕੱਪੜੇ ਹਾਂ ਵੀ ਆਤਮ ਹੱਤਿਆ ਕਰ ਲਈਏ ਅਤੇ ਇਹਨਾਂ ਨੂੰ ਜੇਲ੍ਹਾਂ ਵਿੱਚ ਨਾ ਜਾਈਏ, ਅਤੇ ਅਸੀਂ ਇਹਨਾਂ ਨੇ ਹੁਣ ਵਿਸ਼ਵਾਸ ਦੇ ਨਾਲ ਅਸੀਂ ਥੋੜ੍ਹੇ ਜਿਹੇ ਦਿਲ ਨੂੰ ਘਲਿਆ ਲਿਆ, ਨਹੀਂ ਤਾਂ ਅਸੀਂ ਬਹੁਤ ਪਰੇਸ਼ਾਨ ਹਾਂ। ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਜਿੰਨਾ ਸਾਡੇ ਟੱਬਰ ਨੂੰ, ਮੇਰੇ ਪਰਿਵਾਰ ਨੂੰ ਹੈਂ ਪੈਰਾਂ ਸਿਰ ਘਲਿਆ ਲਿਆ, ਨਹੀਂ ਤਾਂ ਉਹ ਖਲੋਣੋਂ ਦਿਲ ਸਾਰੇ ਛੱਡ ਕੇ ਬੈਠੇ ਸੀ ਵੀ ਇਹ ਕਰਜ਼ੇ ਨੇ ਸਾਨੂੰ ਇਹਨਾਂ ਬੈਂਕਾਂ ਵਾਲਿਆਂ ਛੱਡਣਾ ਨਹੀਂ, ਦੇ ਹੀ ਸਕਦੇ ਨਹੀਂ, ਕਿਉਂ ਸਾਡੇ ਕਮਜ਼ੋਰੀ ਜ਼ਿਆਦਾ ਆ ਚੁੱਕੀ ਆ। ਹਾਂਜੀ, ਮੈਂ ਸੋਹਣ ਸਿੰਘ, ਪਿੰਡ ਸਭਰਾ, ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਸਕੱਤਰ। ਆ ਜੋ ਕੱਲ੍ਹ ਦੀਆਂ ਜਾਂ ਪਰਸੋਂ ਦੀਆਂ ਖਬਰਾਂ ਦੇ ਵਿੱਚ ਆ ਵੇਖ ਕੇ ਅਤੇ ਮੈਨੂੰ ਸਾਨੂੰ ਬੜਾ ਦੁੱਖ ਹੋਇਆ ਕਿ ਸਰਦਾਰ ਹਰਬੰਸ ਸਿੰਘ ਜੀ ਦਾ ਪਰਿਵਾਰ, ਇਹਨਾਂ ਤੋਂ ਅਸੀਂ ਪਹਿਲਾਂ ਤੋਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਬੜੀ ਮਿਹਨਤ ਵਾਲਾ ਪਰਿਵਾਰ ਸੀ। ਪਹਿਲਾਂ ਇਹ ਬੋਰ ਵੀ ਕਰਦਾ ਰਿਹਾ ਆ ਮੋਟਰਾਂ ਦੀ, ਮੁੜ ਕੇ ਇਹਨਾਂ ਨੇ ਆ ਜ਼ਮੀਨ ਜਿਹੜੀ ਸੀ ਉਹਨਾਂ ਦੀ ਉੱਧਰੋਂ ਜ਼ਮੀਨ ਜਿਹੜੀ ਉਹ ਕਿਸੇ ਕਾਰਨ ਕਰਜ਼ੇ ਕੁਰਜ਼ੇ ਦਾ ਕਰਕੇ ਵੇਖੀ ਅਤੇ ਇਹਨਾਂ ਨੇ ਲੈ ਲਈ। ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇੱਥੇ ਪਿੰਡ ਦਾ ਰੋਡ ਆਉਂਦਾ ਵਾ, ਕਿਉਂਕਿ ਲਾਂਭ ਦੀ ਹੋਣ ਕਰਕੇ ਇੱਥੇ ਸਾਰੇ ਪਿੰਡ ਦਾ ਰੋਡ ਇਕੱਠਾ ਹੋ ਗਿਆ ਅੱਗੇ ਪੈ ਜਾਂਦਾ ਵਾ, ਅਤੇ ਇਹਨਾਂ ਦੀ ਜ਼ਮੀਨ ਦੇ ਵਿੱਚ ਫਸਲ ਤਾਂ ਕੋਈ ਵੀ ਨਹੀਂ ਰਹਿੰਦੀ, ਅਤੇ ਇਹਨਾਂ ਕੋਲ 6-7 ਕਿੱਲੇ ਜ਼ਮੀਨ ਸੀ ਜਿਹਦੇ ਵਿੱਚੋਂ ਇਹਨਾਂ ਦੇ ਸਿਰ ਕਰਜ਼ਾ ਚੜ ਗਿਆ, ਅਤੇ ਅੱਗੇ ਹੀ ਇਹਨਾਂ ਦੇ ਆੜਤ ਦੇ ਖਾਤੇ ਦੇ ਵਿੱਚ ਜ਼ਿਆਦਾ ਪੈਸਾ ਹੋ ਗਿਆ ਅਤੇ 2-3 ਕਿੱਲੇ ਹੜੱਪ ਕਰ ਗਿਆ, ਅਤੇ ਹੁਣ ਇਹਨਾਂ ਕੋਲ 4 ਕੁ ਕਿੱਲੇ, ਸਾਢੇ ਕੁ 3-4 ਕਿੱਲੇ ਜ਼ਮੀਨ ਆ, ਅਤੇ ਇਹਨਾਂ ਦਾ ਜੋ ਕਰਜ਼ਾ ਵਾ ਲੈਂਡ ਮਾਰਗੇਜ ਬੈਂਕ ਦਾ, ਇਹਨਾਂ ਤੋਂ ਇੱਕੋ ਹੀ ਪੈਸਾ ਨਹੀਂ ਦਿੱਤਾ ਗਿਆ, ਕਿਉਂਕਿ ਇਹਨਾਂ ਦਾ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਵਾ, ਅਤੇ ਇਹਨਾਂ ਤੋਂ ਕਰਜ਼ਾ ਤਾਂ ਦਿੱਤਾ ਕਿ ਜਾਣਾ। ਫਿਰ ਐਡਾ ਸਾਊ ਪਰਿਵਾਰ ਆ ਵੀ ਇਹ ਅਜੇ ਤੀਕਰ ਯਕੀਨਨ ਗੱਲ ਆ ਵੀ ਮੈਂ ਦਿੜ ਤਾਰਾ ਕਹਿ ਸਕਦਾ ਵੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਨਸ਼ਾ ਵੀ ਨਹੀਂ ਕਰਦਾ, ਸਾਰੇ ਅੰਮ੍ਰਿਤਧਾਰੀ ਆ, ਪਰ ਇਹ ਕਰਨ ਕਿ ਜਦੋਂ ਜ਼ਮੀਨ ਹੀ ਨਹੀਂ ਆਮਦਨ ਦਿੰਦੀ, ਹੋਰ ਕੋਈ ਨੌਕਰੀ ਦਾ ਸਾਧਨ ਨਹੀਂ ਗਾ, ਇੱਥੋਂ ਤੀਕਰ ਵੀ ਗੁਰੂ ਘਰ ਦੇ ਨਾਲ ਜਾ ਕੇ ਜੁੜ ਕੇ ਅਤੇ ਕਈਆਂ ਸਾਨੂੰ ਗੁਰਦੁਆਰੇ ਵੀ ਰੋਟੀ ਖਾਣ ਵਾਲੀ ਗੱਲ ਬਣੀ ਪਈ ਆ, ਅਤੇ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ। ਇਸ ਕਰਕੇ ਸਰਕਾਰ ਦੇ ਕੋਲੋਂ ਸਾਡੀ ਬੇਨਤੀ ਹੈ ਵੀ ਤੁਸੀਂ ਇਹ ਗੱਲ ਕਹੀ ਸੀ ਵੀ ਅਸੀਂ ਸਾਰਿਆਂ ਦਾ ਕਰਜ਼ਾ ਮਾਫ਼ ਕਰਨ ਦੇ, ਸਾਰਿਆਂ ਦਾ ਨਹੀਂ ਕਰ ਸਕਦੇ, ਘੱਟ ਤੋਂ ਘੱਟ ਇਹੋ ਜਿਹੇ ਤਾਂ ਕਰਜ਼ੇ ਮਾਫ਼ ਕਰੋ ਜਿਹਨਾਂ ਦੇ ਕੋਲ ਹੀ ਕੱਖ ਨਹੀਂ ਗਾ, ਅਤੇ ਇਹਨਾਂ ਨੂੰ ਉਲਟਾ ਪਰੇਸ਼ਾਨ ਕੀਤਾ ਜਾ ਰਿਹਾ ਵਾ। ਸਾਡੇ ਪਿੰਡ ਦੇ ਵਿੱਚ ਅੱਗੇ ਵੀ ਤਰ੍ਹਾਂ ਮਾਰਗੇਜ ਬੈਂਕ ਵਾਲੇ 2-3 ਕੇਸ ਇਸ ਤਰ੍ਹਾਂ ਹੋਏ ਆ ਵੀ ਉਹਨਾਂ ਕਰਜ਼ਿਆਂ ਤੋਂ ਆ ਕੇ ਧਮਕੀਆਂ ਦਿੱਤੀਆਂ ਅਤੇ ਉਹ ਬੰਦੇ ਸੂਸਾਈਡ ਕਰਕੇ ਮਰ ਚੁੱਕੇ ਆ, ਅਤੇ ਇਹਨਾਂ ਦੇ ਪਰਿਵਾਰ ਨੂੰ ਮਰਨ ਲਈ ਨਾ ਮਜਬੂਰ ਕੀਤਾ ਜਾਵੇ। ਅਸੀਂ ਸੰਘਰਸ਼ ਕਮੇਟੀ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਜਦੋਂ ਕਿਤੇ ਲੋੜ ਪੈਂਦੀ ਆ ਸਾਨੂੰ ਬੁਲਾਉਣ, ਅਸੀਂ ਉਹਦੇ ਨਾਲ ਪਰਿਵਾਰਾਂ ਸਮੇਤ ਆਵਾਂਗੇ, ਅਤੇ ਇਹਨਾਂ ਦਾ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਦੇ ਵੀ ਖੁਦਕੁਸ਼ੀ ਨਾ ਕੀਤੀ ਜਾਵੇ, ਅਤੇ ਇਹ ਤੁਸੀਂ ਸੰਘਰਸ਼ ਦੇ ਵਿੱਚ ਜਿੱਥੇ ਵੀ ਆਉਂਦੇ ਸਾਡੇ ਨਾਲ ਆ ਉਹ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਆ ਕੇ ਤੁਹਾਡੀ ਰਾਖੀ ਕਰਾਂਗੇ। ਸਾਡੇ ਪ੍ਰਧਾਨ ਸਾਹਿਬ ਵੀ ਆਏ ਆ, ਸਾਡੇ ਪਿੰਡ ਦੇ ਵੀਰ ਹੋਰ ਵੀ ਸਾਰੇ ਆਏ ਆ, ਇਹਨਾਂ ਦੇ ਨਾਲ ਦੁੱਖ ਦਾ ਅਸੀਂ ਸਾਂਝ ਕਰਦੇ ਹਾਂ। ਬਹੁਤ ਹੀ ਜ਼ਿਆਦਾ ਇਹ ਪਰਿਵਾਰ ਦੁਖੀ ਆ,
तो इन्हों फिर बेनती करते हैं भी खुदकशी ना की जाए। तो इस करके ना साड़ी सरकार को यह बेनती है भी इन्हों का कर्जा माफ किया जाए। जे घट तो घट तुम ज़्यादा तो नहीं करना वादे तो भज गए, तो जे योजे परिवार का जिन्हें कोई कख नहीं इन्हों का जरूर माफ किया जाए। संघर्ष कमेटी वालों मैं इन्हों विश्वास दवा भी जिते भी इन्होंने कहीं लड़ पी अं खड़ोवे ना ही प्रशासन मैं दसना चाहता भी इस तरह ना किया जाए, नहीं तो ये गंभीर सिटे निकल सकते हैं। हाँ जी, की ना जी प्रधान जी? मैं जी किसान संघर्ष कमेटी पंजाब का सूबा प्रधान सरदार इंद्रजीत सिंह जी। मैं परसों एक जी न्यूज चैनल स्पोक्समैन जदों चलिया तो मैं खबर जदों सुनिया कि पिंड सभरा दे विच सरदार सकत्तर सिंह ते गुरमीत कौर पत्नी हरबंस सिंह इन्हां दे बारे जदों मैं सारी खबर सुनी तो बहुत बड़ा वड्डा दुख होया कि इस परिवार कोले 7 किले जमीन सी जिहदे विचों 3 एकड़ जिहड़ी जमीन सी पहला ही आड़तीवाद जिहड़ा सीगा उन्होंने ब्याज ते ब्याज पा के ते वह जमीन जिहड़ी आपदे हक दे विच करके इन्हां तों प्राप्त कर ली। बाकी जमीन जिहड़ी सी उह जदों मैनूं पता लगा कि 4 कु किले रह गई तो उहदे विच एक लैंडमार्क आ बैंक आ करजा जिहड़ा तकरीबन 7 to 8 lakh रुपया जिहड़ा बन चुका ते घर दी भी बहुत नाजुक हालत वेखी ते मैं अपनी जथेबंदी दे नाल राबता कीता सरदार सोहण सिंह होणी ते आ सारी पिंड सभरा दी किसान संघर्ष कमेटी पंजाब दी टीम जिहड़ी बैठी इत्थे इन्हां नाल सारिआं नाल राबता करके ते इस घर दे विच पुज्जे ते आप इत्थे आण के असीं जायजा लिया है कि वाकया ही इह घर दा बहुत ज़्यादा बुरा हाल आ ते नाजुक आ ते इह किसान जिहड़ा वा करजा देन दे योग ही नहीं रहा कि मैं करजा दे सकां। इस किसान दे जानी कि हरबंस सिंह जिहड़ा वा इन्हां दे बच्चे सकत्तर सिंह आ पत्नी गुरमीत कौर आ ते दो लड़के होर आ 12-13 जी आ ते बाकी जिहड़ी 4 किले जमीन आ उह पिंड सभरा जिहड़ा वा उह तकरीबन 25 to 30 feet जिहड़ा 35 feet उच्चा पैंदा वा ढाए दे कंढे ते इन्हां दी जमीन थले लगन कारण ते जदों उपरले पासों बारिशां दे जां होर छप्पड़ दे रूप दे विच हड़ आउंदे आ ते इन्हां दी फसल जिहड़ी आ उह मारी जांदी आ। झोना बासमती पिछे मारी गई ते जे हुण वी कोई बारिश ज़्यादा हो जाए तो कणक दा वी बहुत बुरा हाल आ ते इस करके इस किसान तों जिहड़ा वा करजा जिहड़ा उह दित्ता नहीं जा रिहा ते जिहड़ा लैंडमार्क आ ते जिहड़े जो वी उच्च अधिकारी आ जे बैंक पट्टी वाले जिहड़े आ इन्हां दे परिवार दे जिहड़े कोई मैंबर सी उन्हां नूं चुक के लै गए ते फिर इस शर्त ते छड्या गया कि पहलां 50,000 रुपया इक उहदे च अदा करो ते तुहाडा खाता जिहड़ा उहदे विच पैसे आउण थोड़े बहुते ते फिर तुहाडे नाल लिहाज करांगे ते नहीं ते तुहानूं जेल दे विच डक देंगे। पर असीं जदों सारी इह प्रैस भाईचारे ने जदों खबरां जिहड़ियां चाढ़ियां ते असीं सुण के आए ते सानूं वी बहुत ज़्यादा वड्डा दुख होया कि एक तां सरकार जिहड़ी आ उह किसानां दे वैर पई अज तक सन 67 तों लै के अज तक जिहड़ा उह स्वामीनाथन की रिपोर्ट के मुताबिक वह भा नहीं दे सकी ते किसान जिहड़े उह करजे तों जिहड़ा बहुत तंग परेशान हो रहे आ ते असीं इस परिवार नूं विश्वास दिवाउने आ कि कोई सुसाइड जां खुदकशी करन दी कोई जरूरत नहीं गी क्योंकि जथेबंदी जिहड़ी किसान संघर्ष कमेटी पंजाब आ उह तुहाडे नाल खड़ी आ अते असीं बैंक अधिकारियों नूं वी इह कहिंदे आ कि अज तों बाद जे किसान नूं तंग परेशान कीता जे इन्हां दा कोई नुकसान हो गया ते जिहड़े बैंक भाईचारा वा जिहड़ा जो मुलाजम आ उह इस चीज़ दे जिम्मेवार होणगे ते किसान संघर्ष कमेटी जिहड़ी पंजाब आ इन्हां नूं किसी भी हालत दे विच बख्शे नहीं गी। धन्नवाद। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।